ਰਿਸ਼ਤੇ ਖੂਨ ਜਿਵੇਂ ਪਾਣੀ ਹੁੰਦਾ ਹੈ, ਇਹ ਪ੍ਰਤੱਖ ਦੇਖਦਾ ਹੈ, ਪ੍ਰਤੱਖ ਦੇਖਦਾ ਸ਼ਬਦਾਂ ਦੇ ਵਿੱਚ ਨਹੀਂ ਆਇਆ ਜਾਂਦਾ। मनी है ना सारी टॉप प्रायोरिटी पे आती है। रिश्ते खून जिमें पानी हूं वो प्रतक देखता जी। मैं तो मोह रह गया हूं बच्चे का देखे जरूर उन्होंने तक व्हाट्सएप या फेसबुक या किसी भी सोशल मीडिया प्लेटफॉर्म थ्रू पहुंचेगी जरूर। खुद सोच के देखिए क्या तुहाडी माता 100% गलत कह रही होगी। माता जी जो गुरु साहब ने साडी सेवा लाई है उस जरूर करांगे। ਸਲਾਈਆਂ ਕਰ ਕਰ ਬੱਚੇ ਪਾਲੇ ਜਮਾਨਾ ਯਾਦ ਆਂਦਾ ਜਦ ਬੱਚਾ ਪੈਦਾ ਹੋਇਆ ਸੀ। ਮੈਨੂੰ ਬੜੀ ਖੁਸ਼ੀ ਮੈਨੂੰ ਪਤਾ ਵਾ ਬੜੀ ਖੁਸ਼ੀ ਸੀ ਪਹਿਲਾ ਬੱਚਾ ਹੋਇਆ ਤੁਹਾਡਾ ਦਰਬਾਰ ਸਾਹਿਬ ਦੀ ਸੇਵਾ ਹੋਈ ਉਹਨੇ ਝੋਟ ਚ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਮੈਨੂੰ ਦਰਬਾਰ ਸਾਹਿਬ ਸੇਵਾ ਕਰਨ ਗਈ ਮੈਨੂੰ ਪਰ ਕਰਮਾਂ ਦੀ ਥੱਲੇ ਦਰਬਾਰ ਸਾਹਿਬ ਮੈਂ ਸਮਝ ਗਿਆ ਥੱਲੇ ਸਾਰੀ ਸਰੋ ਸੇਵਾ ਹੋਈ ਸੀ ਉਦੋਂ ਦੇ ਕੇ ਫੁੱਲਾਂ ਦੀ ਵਰਖਾ ਲਾਲ ਕੀਤੀ ਜਹਾਜ਼ ਤੇ ਮੈਂ ਉੱਥੇ ਜਾਂਦੀ ਰਹੀ ਸੀ ਗੁਰੂ ਘਰ ਮੈਂ ਬਾਅਦ ਚ ਮੇਰੇ ਘਰ ਮੁੰਡਾ ਹੋਇਆ ਮੈਂ ਬੜੀ ਖੁਸ਼ ਨਾਲ ਬੜੀ ਖੁਸ਼ੀਆਂ ਮਨਾਈਆਂ ਸਰ ਮੇਰਾ ਪਾਪਾ ਇੰਨਾ ਦਾ ਪਾਣੀ ਲਾ ਕੇ ਨਰਸ ਲਿਆਇਆ ਘਰ ਘਰੇ ਹੋਇਆ ਸੀ अपने किन्ने बच्चे दो मुंडे एक बेटा एक बेटी पता जब जवानी च होने ना सानू बुढ़ापा नहीं चेते आंदा ਬੁਢਾਪੇ ਅਕਾਲ ਯਾਦ ਆਉਂਦਾ ਅਕਾਲ ਦਾ ਕਿੱਥੇ ਯਾਦ ਆਉਣਾ। ਮਾਤਾ ਜੀ ਜੋ ਗੁਰੂ ਸਾਹਿਬ ਨੇ ਸਾਡੀ ਸੇਵਾ ਲਈ ਹੈ ਉਹ ਅਸੀਂ ਜਰੂਰ ਕਰਾਂਗੇ। ਪਰ ਮੈਨੂੰ ਬੜਾ ਅਫਸੋਸ ਹੁੰਦਾ ਏਦਾਂ ਨਾ ਥੋੜਾ ਪੇਸ ਮੇਕਰ ਕੁੱਟ ਕੇ ਕੱਢਤਾ ਉਹਨਾਂ ਨੇ ਵੋਟੀ ਨੂੰ ਕਿਉਂ ਕੁਛ ਕਹਿੰਦੀ ਨਹੀਂ ਇੰਨੇ ਗਲਾ ਦਬਾਇਆ ਮੈਂ ਕਿਹਾ ਦਬਾਇਆ ਉਹਨੇ ਮੈਨੂੰ ਉਹਨੇ ਹੀ ਮੈਨੂੰ ਮੁੱਕਾ ਮਾਰਿਆ ਵੀ ਤੂੰ ਕਿਉਂ ਕਹਿੰਦੀ ਮੇਰੀ ਵੋਟੀ ਨੂੰ ਇੰਨਾ ਕਹਿ ਕੇ ਉਹਨੇ ਰਸਤੇ ਚ ਗਲ ਘੁੱਟਿਆ ਕਹਿੰਦੀ ਕੁੜੀਆਂ ਕੋਲ ਸੇਵਾ ਕਰਾ ਤੋਂ ਬਾਅਦ ਤੇਰੀ ਰੋਟੀ ਬੰਦ ਉਦਣ ਦੀ ਮੇਰੀ ਰੋਟੀ ਬੰਦ ਕੀਤੀ ਉਹਨੇ ਹੁਣ ਰੋਟੀ ਕਿੱਥੋਂ ਖਾਂਦੇ ਹੋ ਕੁੜੀ ਦੇ ਵਿਆਹ ਲਈ ਕੁਝ ਜੋੜਿਆ ਕੁਛ
ਕੁਛ ਹੈਗਾ? ਕੁਛ ਨਹੀਂ, ਅਗਲੇ ਮਹੀਨੇ ਵਿਆਹ ਆ। ਕੁਛ ਨਹੀਂ ਜੋੜਿਆ, ਬਸ ਹੱਥ ਜੋੜ ਕੇ ਚੁੰਨੀ ਚੜਾ ਕੇ ਘਵਾ ਦੇਣੀ ਹੈ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਅਸੀਂ ਏਦਾਂ ਹੀ ਲੈ ਲਵਾਂਗੇ, ਕੋਈ ਗੱਲ ਨਹੀਂ, ਤੁਸੀਂ ਕੀ ਕਰਨਾ ਚਾਹੋ, ਤੁਸੀਂ ਠੀਕ ਹੋ, ਬਸ ਸਾਨੂੰ ਕੁਛ ਨਹੀਂ ਚਾਹੀਦਾ। ਉਹ ਵੀ ਕਹਿੰਦਾ ਤੇਰੇ ਪੈਰ ਤੇ ਮੈਂ ਪੈਸਾ ਨਹੀਂ ਲਾਉਣਾ, ਤੇ ਉਹ ਕਹਿੰਦਾ ਮੇਰੇ ਪੈਰ ਤੇਰੇ ਵਿਆਹ ਦੇ ਮੇਰੇ ਕੋਲ ਕੱਖ ਨਹੀਂ ਹੈਗਾ। ਸਾਡੇ ਕੋਲ ਲਗਾਤਾਰ NRI ਵੀਰ ਭੈਣ ਫੋਨ ਕਰਦੇ ਨੇ ਕਿ ਮੇਰੇ ਚਾਚੇ ਜਾਂ ਡੈਡੀ ਨੂੰ ਇਸ ਤਰ੍ਹਾਂ ਦਿਖਾ ਦਿਓ। ਮਜਬੂਰੀ ਬਣ ਜਾਂਦੀ ਹੈ, ਉੱਥੇ ਘਰ ਲੈ ਲਏ, 20-25 ਸਾਲ ਦੀ ਕਿਸ਼ਤਾਂ ਤੇ ਵਾਪਸ ਮੋੜ ਨਹੀਂ ਸਕਦੇ, ਹੋਰ ਬਹੁਤ ਤਰੀਕੇ ਦੀ ਫਾਈਨੈਂਸ਼ੀਅਲ ਲਾਇਬਿਲਟੀਜ਼ ਹੁੰਦੀਆਂ ਨੇ। ਇਹ ਇੱਕ ਬਹੁਤ ਵੱਡਾ ਖਤਰਾ ਪੰਜਾਬ ਦੇ ਸਿਰ ਤੇ ਖਾਸ ਕਰ ਮੰਡਰਾ ਰਿਹਾ। ਤੁਸੀਂ ਦੇਖਿਓ ਆਉਣ ਵਾਲੇ ਸਾਲਾਂ ਦੇ ਵਿੱਚ ਓਲਡ ਏਜ ਹੋਮ ਬੜੇ ਪੈਮਾਨੇ ਤੇ ਖੁੱਲਣ ਵਾਲੇ ਨੇ। ਇਹਨਾਂ ਬਜ਼ੁਰਗਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੋਏਗਾ ਜੀ। ਸਮਾਂ ਬਹੁਤ ਮਾੜਾ ਆ ਰਿਹਾ, ਯਕੀਨ ਕਰੋ, ਕਿਉਂਕਿ ਅਸੀਂ ਨਾ ਗਰਾਊਂਡ ਤੇ ਵਿਚਰਦੇ ਹਾਂ, ਅੱਡ ਅੱਡ ਜ਼ਿਲ੍ਹਿਆਂ 'ਚ ਰਹਿੰਦੇ ਹਾਂ, ਅਸੀਂ ਇਹ ਲਗਾਤਾਰ ਹੁੰਦਾ ਦੇਖ ਰਹੇ ਹਾਂ, ਲਗਾਤਾਰ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਮਾਵਾਂ ਆਪਣੇ ਬੱਚਿਆਂ ਤੱਕ ਨੂੰ ਛੱਡ ਛੱਡ ਕੇ ਜਾ ਰਹੀਆਂ ਨੇ। ਬਹੁਤ ਬੁਰੇ ਹਾਲਾਤ ਆ ਰਹੇ ਨੇ। ਹਾਂਜੀ, ਬਹੁਤ ਚਾਵਾਂ ਨਾਲ ਪਾਲਿਆ ਸੀ, ਮੈਂ ਸਮਝ ਸਕਦਾ ਜੀ, ਹਰੇਕ ਮਾਂ ਆਪਣੇ ਬੱਚੇ ਨੂੰ ਕਿਵੇਂ ਪਿਆਰ ਨਾਲ ਪਾਲਦੀ ਹੈ ਨਾ, ਰੋਂਦਾ ਇਹਨੇ ਪਿਆਰ ਨਾਲ। ਸ਼ਾਇਦ ਇਹ ਵੀਡੀਓ ਉਹ ਜਿਹੜੇ ਸੋ ਕਾਲਡ SDO ਨੇ ਉਹ ਵੀ ਦੇਖਣਗੇ ਜ਼ਰੂਰ, ਉਹਨਾਂ ਤੱਕ ਵਟਸਐਪ ਜਾਂ ਫੇਸਬੁੱਕ ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਥਰੂ ਪਹੁੰਚੇਗੀ ਜ਼ਰੂਰ। ਖੁਦ ਸੋਚ ਕੇ ਦੇਖੀਏ, ਕਿਆ ਤੁਹਾਡੀ ਮਾਤਾ 100% ਗਲਤ ਕਹਿ ਰਹੀ ਹੋਣੀ, 10%, 20%, 40%, 60%, ਕੁਛ ਤਾਂ ਸਹੀ ਕਹਿ ਰਹੀ ਹੋਣੀ, 5% ਸੱਚ ਬੋਲ ਰਹੀ ਹੋਣੀ। ਤੁਹਾਡੇ ਵੀ ਬੱਚੇ ਪੈਦਾ ਹੋਏ ਹੋਣੇ, ਔਰ ਉਹ ਵੇਲਾ ਯਾਦ ਕਰੋ, ਪਹਿਲੇ 2 ਮਹੀਨੇ ਖਾਸ ਕਰ, ਕਿਵੇਂ ਦਿਨ ਰਾਤ ਮਾਂ ਬਾਪ ਬੱਚੇ ਨੂੰ ਉੱਠ ਉੱਠ ਕੇ ਸਾਫ਼ ਕਰਦੇ ਹੈ, ਕਿਵੇਂ ਕਿਆ ਕਿਆ ਕਰਦੇ ਹੈ, ਛੋਟਾ ਹੁੰਦਾ ਨਾ, ਜਾਂ ਕਿਹੜੇ ਕਿਹੜੇ ਖਿਡੌਣੇ ਲੈ ਕੇ ਆਉਂਦੇ, ਕਿੰਨੇ ਨਾ ਕਿੰਨੇ ਚਾਵਾਂ ਨਾਲ ਪਾਲਦੇ ਹੈ। 1975 'ਚ ਮੇਰੇ ਵੀ ਤੁਸੀਂ ਪੈਦਾ ਹੋਏ ਹੋਣੇ ਨਾ, ਇਹਨਾਂ ਨੇ ਵੀ ਉਹੀ ਸਭ ਕੀਤਾ ਹੋਣਾ। ਪੇਸ਼ੈਂਟ ਸੇਵਾ ਬੜੇ ਖੁਸ਼ਕਿਸਮਤ ਹੈ, ਤੁਹਾਡੇ ਮਾਂ ਬਾਪ ਆਪਣੇ ਜ਼ਿੰਦਾ ਨੇ, ਹੈ ਨਾ, ਜਿੱਦਾਂ ਨਹੀਂ ਹੋਵਾਂਗੇ ਨਾ ਤਾਂ ਅਨਾਥ ਹੋ ਜਾਂਦੇ ਅਸੀਂ। ਮੈਂ ਭਾਜੀ ਉਹ ਗੁਰਕੀਰਤ ਵੀਰ ਜੀ ਵੀ ਕਹਿੰਦੇ ਨੇ ਕਿ ਨਾਸਤਿਕ ਬੰਦੇ ਬਹੁਤ ਚੰਗੇ ਹੁੰਦੇ ਨਾ, ਘੱਟੋ ਘੱਟ ਇਮਾਨਦਾਰ ਤਾਂ ਹੁੰਦੇ ਕਿ ਅਸੀਂ ਰੱਬ ਦੀ ਹੋਂਦ ਨਹੀਂ ਮੰਨਦੇ, ਸਾਫ਼ ਹੈ, ਸਾਡੇ ਵਰਗੇ ਤਾਂ ਡਰਾਮੇ ਹੀ ਕਰਦੇ ਰਹਿ ਜਾਂਦੇ ਧਰਮ ਦੇ। ਭੈਣ ਜੀ, ਰੱਬ ਨਾ ਕਰੇ ਕੱਲ ਨੂੰ ਕੋਈ ਅਨਹੋਨੀ ਹੋ ਜਾਏ ਨਾ, ਸਾਡੇ ਕੋਲ ਨਾ ਲੈ ਕੇ ਉਸਨੂੰ, ਠੀਕ ਹੈ, ਨਾ ਮਿਲਣ ਆਵੇ ਉਹ। ਦਵਾਈ ਤੱਕ ਨਹੀਂ ਦਿੱਤੀ ਮੈਨੂੰ, ਗੋਲੀ ਤੱਕ ਨਹੀਂ ਦਿੱਤੀ, ਸਾਲ ਹੋ ਗਿਆ ਮੈਂ ਬੀਪੀ ਨਾਲ, ਇੱਕ ਦਿਨ ਚੱਕਰ ਆਉਂਦੇ ਆ, ਚੱਕਰ ਤੇ ਆਉਂਦੇ ਹੀ ਰਹਿਣੇ ਆ, ਇੱਕ ਦਿਨ ਰਾਤ ਜਾ ਇੱਦਾਂ ਹੀ ਆਉਂਦੇ ਰਹਿਣੇ ਆ, ਮੈਂ ਕੀ ਕਹਾਂ, ਮੈਂ ਕੁਛ ਨਹੀਂ ਕਹਿ ਸਕਦੀ, ਮੇਰਾ ਰੱਬ ਗਵਾਹ ਹੈ, ਬਸ ਰੱਬ ਹੀ ਜਾਣੇ। ਪੇਸਮੇਕਰ ਬਾਹਰ ਆਇਆ ਡੱਬੇ ਦੇ ਉੱਤੇ, ਫਿਰ ਉਹਨੇ ਨਾਲ ਟੇਪ ਕਰ ਗਿਆ ਮੁੰਡਾ, ਉਹਦੇ ਸਿੱਟ ਅੱਜ 18 ਅਗਸਤ ਦੀ ਡੱਬੀ ਬਾਹਰ ਪਈ ਹੈ, ਇੱਥੇ ਮੈਨੂੰ ਰੱਬ ਰੱਖਣ ਗਿਆ, ਪਤਾ ਨਹੀਂ ਮੈਂ ਕਿੰਨਾ ਬੈਠੀ ਆ। 70 ਸਾਲ ਦੀ ਮਾਂ ਇੱਦਾਂ ਪਈ ਹੈ, ਮੈਂ ਹੁਣੇ ਭੈਣ ਜੀ ਨੇ ਮੈਨੂੰ ਫੋਟੋਜ਼ ਦਿਖਾਈਆਂ ਨੇ, ਇੰਨਾ ਲੈਵਿਸ਼ ਲਾਈਫ ਸਟਾਈਲ ਹੈ, ਸਭ ਕੁਛ ਵਧੀਆ ਹੈ, ਘਰੇ ਲੈਵਿਸ਼ ਕੋਠੀ ਹੈ ਪੂਰੀ, ਵਧੀਆ ਕਾਰਾਂ ਨੇ ਲਗਜ਼ਰੀ, ਆਪਣੀ ਮਾਂ ਲਈ ਕੁਛ ਦਿਨ ਨਹੀਂ ਹੈਗੇ, ਕੁਛ ਮਹੀਨੇ ਨਹੀਂ ਹੈਗੇ, ਕੁਛ ਪੈਸੇ ਨਹੀਂ ਹੈਗੇ, ਕੁਛ ਇੱਦਾਂ ਕਿਵੇਂ ਹੋ ਸਕਦਾ। ਜਵਾਨੀ 'ਚ ਸਾਨੂੰ ਇਹੀ ਲੱਗਦਾ ਕਿ ਬੁਢਾਪਾ ਸਾਡੇ 'ਤੇ ਨਹੀਂ ਆਉਣਾ, ਸਾਡੇ 'ਤੇ ਬਿਮਾਰੀ ਨਹੀਂ ਆਉਣੀ, ਇੱਦਾਂ ਨਹੀਂ ਹੋਣਾ, ਇਹ ਟਾਈਮ ਸਭ 'ਤੇ ਆਉਣਾ। ਔਰ ਜੇ ਆਪਾਂ ਗੁਰੂ ਸਾਹਿਬ 'ਤੇ, ਪਰਮਾਤਮਾ 'ਤੇ, ਅਕਾਲ ਪੁਰਖ 'ਤੇ ਯਕੀਨ ਕਰਦੇ ਨਾ, ਕਰਮ ਤਾਂ ਇੱਥੇ ਮੁੜ ਕੇ ਆਉਣੇ ਆ ਜੀ, ਕਰਮ ਇੱਥੇ ਮੁੜ ਕੇ ਆਉਣੇ ਆ। ਮੈਂ ਪੁੱਛ ਰਿਹਾ ਸੀ ਮਾਤਾ ਨੂੰ ਕਿ ਪੁੱਤਰ ਦਾ ਮੋਹ ਰਹਿ ਗਿਆ ਕੁਛ, ਕਹਿੰਦੇ ਨਹੀਂ, 1975 ਜਦੋਂ ਪੈਦਾ ਹੋਇਆ ਹੋਣਾ, ਕਿੰਨੀਆਂ ਖੁਸ਼ੀਆਂ ਬਣਾਈਆਂ ਹੋਣੀਆਂ, ਵਿਆਹ ਤੋਂ 1 ਸਾਲ ਬਾਅਦ ਪੈਦਾ ਹੋਇਆ, ਔਰ ਇਹ 1974 ਉਹ ਸਾਲ ਹੈ ਜਦ ਪਰਿਕਰਮਾ ਦੀ ਦਰਬਾਰ ਸਾਹਿਬ ਦੇ ਵਿੱਚ ਸੇਵਾ ਚੱਲ ਰਹੀ ਸੀ, ਉਸ ਤੋਂ ਕੁਛ ਟਾਈਮ ਬਾਅਦ, ਕੁਛ ਮਹੀਨਿਆਂ ਬਾਅਦ ਇਹ ਬੱਚਾ ਪੈਦਾ ਹੁੰਦਾ ਹੈ। ਸੋਚ ਕੇ ਦੇਖੋ ਕਿੱਡੀ ਖੁਸ਼ੀਆਂ ਬਣਾਈਆਂ ਹੋਈਆਂ ਨੇ ਘਰ ਵਾਲਿਆਂ ਨੇ, ਔਰ ਬੜਾ, ਮੈਂ ਫੋਟੋ ਦੇਖ ਕੇ ਆਇਆ, ਬੜਾ ਸੋਹਣਾ ਸੁਨੱਖਾ ਲੰਬਾ ਚੌੜਾ ਮੁੰਡਾ ਹੈ,
नहीं सोचा होना कि इन्ने साल बाद ये सिला मिलेगा ना। लोग घर सिसक सिसक के बजुर्ग और पेशेंट मर रहे ने, मदद की उड़ीक कर रहे ने, बट मदद है नहीं, अपने को टाइम नहीं है। संगत जी मोहाली लेके चल रहे हैं माता जी नाल, और दोनों केयर सेंटर में पता पीजी हॉस्पिटल सही तो करके चल रहा है, जिते रीढ़ की हड्डी के जो टुटे हुए मरीज होंगे उन्होंने सेवा सहयोग चल रहा है, बाकी पेशेंट का भी नाल सेवा सहयोग चल रहा है। बहुत सारे पेशेंट लगातार इन्होंने सेवावान का फायदा उठा रहे हैं, अड्ड अड्ड सेवा प्रोजेक्ट्स आए, बच्चों की फीसा भरिया जा रही है, नर्सिंग तो लैके MBBS तो लैके लोगों के घर बनाए जा रहे हैं, ये सारी सेवावान पैरल रन हो रही है। हुण मंगलवार तो जिहड़े पिछले 3 साल तो लगातार पीजी एमरजेंसी के बाद लंगर चल रहे, उस दवाइया का और ऑपरेशन मटीरियल का और ब्लड टेस्ट का तीनों सेवावान ऐड कर दी गई, सवेरे 6 तो लैके 8 बजे तक पीजी एमरजेंसी के बाद ये सेवा चलती है। सो इस तरह की कई सारी सेवावान चल रही हैं, संगत को हमेशा बेनती होंगे ने ऑनलाइन सेवा जरूर करा करो, वीडियो शेयर करके, और जो हो सके तो जरूर ज्वाइन करने की कोशिश करो। फतेह जी साहब वीडियो पोस्ट कर रहे हैं जी, वाहेगुरु जी का खालसा, वाहेगुरु जी की फतेह।